ਤਵੱਜਨ ਸੁਣਨੀ। ਔਰ ਤੁਸੀਂ ਮੋਟਰਸਾਈਕਲ ਚਲਾ ਸਕਦੇ ਹੋ ਮੋਟਰਸਾਈਕਲ ਦੀ ਜਿਹੜੀ ਵਾਟ ਐ ਪਾਵਰ ਐ ਉਹ 35 ਹੋਣੀ ਚਾਹੀਦੀ 35 ਤੋਂ ਉੱਪਰ ਨਹੀਂ ਹੋਣੀ ਚਾਹੀਦੀ ਸਰ ਜੀ ਸਰ ਜੀ ਇੱਕ ਦਮ ਹਾਂ ਜੀ ਜੀ। ਹਰਤੇ ਆ ਦੇਖੋ ਤੁਸੀਂ ਆ ਉਹਨਾਂ ਦੇ ਵਿੱਚੋਂ ਲੈਂਦਾ ਵੀ 125 cc ਤੱਕ ਚਲਾ ਸਕਦੇ ਆ ਪਰ ਮੈਕਸਿਮਮ 15 ਕਿਲੋਵਾਟ ਹਣਾ ਜੀ ਜੀ 15 ਕਿਲੋਵਾਟ ਆ ਸਕਦੇ ਆ ਪਤਰੀ ਚੀਲੀ ਕੇ ਇਹ ਲੀਕੀ ਕਵਰ ਕਲਾ ਸਕਦੇ ਆ 125 ਸੀਸੀ ਮੋਟਰਸਾਈਕਲ ਨਾ ਜੀ ਜੀ ਤੇ ਜ ਆਦੂਏ ਚ 18 18 ਨਹੀਂ ਦਾਇਆ ਤੇ 35 ਕਿਲੋਵਾਟ ਦਾ ਜੀ ਜੀ ਟਾਈਮ ਫਰਕ ਵੱਧਾ ਜਾਣਾ ਤੇ ਫਿਰ ਇਹ ਸਾਈਜ਼ ਵੀ ਵਧਨੇ ਜਾਂਦੇ ਨੇ ਠੀਕ ਹੈ 18 ਸਾਲ ਉਮਰ ਹੈ ਔਰ ਮੋਟਰਸਾਈਕਲ 35 ਕਿਲੋਵਾਟ ਦਾ ਜੀ ਪਾਵਰ ਦਾ ਪਾਵਰ ਦੀ ਗੱਲ ਕਰ ਰਹੇ ਹੋ ਨਾ ਉਹ ਸਵਾਲਾਂ ਚ ਉਹ ਸਵਾਲ ਸਮਝਦੇ ਜਾਓਗੇ ਆਸ ਆਸਤਾ ਆਟੋਮੈਟਿਕ ਸਮਝ ਜਲਦੀ ਜਾਏਗੀ ਠੀਕ ਹੈ कौन ला काटे गोरिया आ दुए लाइसेंस ते नो कंदूरे असि चला सकने मोतो चिकलो मोटरसाइकिल जिसकी पोटेंजा पावर फीनो पैंती हो, आ दुए के लाइसेंस के अंदर पैंतीस किलो वाट आपने विरो करना है जी ठीक है आ दुए के लाइसेंस के अंदर पैंतीस किलो वाट आपने विरो करना है आगे भी देखेंगे पैंतीस किलो वाट का कोई सवाल आया तो फिर हम देख लेंगे लेकिन नहीं आएगा मेरे ख्याल में पच्चीस आया जी ਤਾਂ ਨਿਸ਼ਾਨੀ ہماری کیا ਹੈ ਆ ਦੂਏ ਕੇ লাইসেনਸ ਕੇ ਅੰਦਰ ہمਨੇ 35 किलोवाट ਵੀਰੋ ਕਰਨਾ ਹੈ ਜਿਸ ਕ ਪੋਤੈਂਜ਼ਾ ਪਾਵਰ ਪੇਜ਼ੋ ਵਜ਼ਨ ਇੰਜਨ ਦਾ ਨੌਨ ਸੁਪਰੀਓਰੇ 0.0 ਕਿਲੋਵਾਟ ਇਹ ਤੇ ਗੱਲਾਂ ਆਵੇ ਫालतू ਨੇ ਬਾਈ ਤੁਸੀਂ ਗੱਲ ਜਿਹੜੀ ਮੁਕੰਮਲ ਮੁਕਦੀ ਹੈ ਨਾ ਨਿਸ਼ਾਨੀ ਇੱਥੇ ਬਣਦੀ ਹੈ ਕਿ ਆ ਦੂਏ ਲਾਇਸੈਂਸ ਤੇ ਅਸੀਂ 35 ਤੱਕ ਚਲਾ ਸਕਨੇ ਆ ਮੋਟਰਸਾਈਕਲ ਦਾ ਇੰਜਨ ਵੀਰੋ ਲਾਪਟੈਂਟੇ ਦੀ ਕੈਟੇਗਰੀਆ A ਦੂਏ ਲਾਇਸੈਂਸ ਅਭਿਲਤਾ ਸ਼ਾਮਲੇ ਅਸੀਂ ਗੁਈਦਾ ਚਲਾ ਸਕਨੀ ਆ ਵਹੀ ਕੁਲੀ ਗੱਡੀ ਕਿ ਪੋਸਨੋ ਕੁੰਦੂਰੇ ਸ਼ਾਮਲੇ ਆ ਉਹਨੋ ਦੀਆਂ ਵੀ ਗੱਡੀਆਂ ਚਲਾ ਸਕਨੀ ਆ ਔਰ A M ਦੀਆਂ ਵੀ ਗੱਡੀਆਂ ਚਲਾ ਸਕਨੀ ਆ ਆ ਦੂਏ ਲਾਇਸੈਂਸ ਅਗਰ ਅਸੀਂ ਕੀਤੇ ਆ ਤਾਂ ਆ ਦੂਏ ਲਾਇਸੈਂਸ ਦੇ ਅੰਦਰ ਸ਼ਾਮਲੇ ਅਸੀਂ ਆ ਉਹਨੋ ਦੀਆਂ ਵੀ ਗੱਡੀਆਂ ਚਲਾ ਸਕਨੀ ਆ ਔਰ A M ਦੀਆਂ ਗੱਡੀਆਂ ਵੀ ਚਲਾ ਸਕਨੀ ਆ ਜੀ ਮੇਰੋ ਜੀ ਮੇਰੋ ਲਾਪਟੈਂਟੇ ਦੀ ਕੈਟੇਗਰੀਆ A ਦੂਏ ਲਾਇਸੈਂਸ ਉਹ ਐਸੇਲੀ ਕੌਨਸੀ ਗੁਈਤਾ ਸਿੱਖ ਸਕਨੇ ਆ 18 ਸਾਲ ਦੀ ਉਮਰ ਚ ਕਰ ਸਕਨੇ ਆ ਜੀ ਵੀਰ ਠੀਕ ਹੈ ਕਿਉਂਕਿ ਆਧੂਏ ਲਿਸੈਂਸ ਡਰਾਈਵਰ ਸਾਹਿਬ ਹਮ 18 ਸਾਲ ਦੀ ਉਮਰ ਮੇ ਕਰ ਸਕਤੇ ਆ ਸਵਾਲ ਹਮਾਰਾ ਵੀਰ ਹੋ ਗਿਆ ਜੀ ਸਵਾਲ ਨੰਬਰ 4 ਕੀ ਬਾਤ ਕਰਤੇ ਹੈ 4 ਮੇ ਆ ਜੀ ਲਪਤੈਂਤੇ ਦੀ ਕੈਟੇਗਰੀਆ ਆਧੂਏ ਲਿਸੈਂਸ ਚ ਕੌਨਸੈਨ ਤੇ ਸ਼ਾਮਲ ਹੈ ਆਲ ਟਿਟੁਲਾਰੇ ਬੰਦਾ ਜੋ ਤੁਸੀਂ ਟਰਾਂਸਪੋਰਟ ਤੋਂ ਟਰਾਂਸਪੋਰਟ ਕਰਨਾ ਹੈ ਪੈਸੇਜੇਰੋ ਮੁਸਾਫਿਰ ਉਨ ਸੋਲੋ ਪਾਸ ਇੱਕ ਬੰਦਾ ਟਰਾਂਸਪੋਰਟ ਕਰ ਸਕਦੇ ਹੋ ਜੀ ਆਧੁਨਿਕ ਸੰਸਤੇ ਮੋਟਰਸਾਈਕਲ ਨਾਲ ਤੁਸੀਂ ਇੱਕ ਬੰਦਾ ਟਰਾਂਸਪੋਰਟ ਕਰ ਸਕਦੇ ਹੋ ਸਾਥ ਅਗਰ ਉਹਦੀ ਪੋਸਟ ਤੋਂ ਸੀਟ ਮੌਜੂਦ ਦੇ ਪੈਸੇਜੇਰੋ ਮੁਸਾਫਿਰ ਦੀ ਔਰ ਪ੍ਰੈਵੀਸ ਤੋਂ ਲਾਗੂ ਇਹ ਕਰਤਾ ਦੀ ਸਰਕੂਲੇਸ਼ਨੇ ਮੋਟਰਸਾਈਕਲ ਦੇ ਪੇਪਰਾਂ ਤੇ ਲਿਖਿਆ ਹੈ ਕਿ ਤੁਸੀਂ ਇੱਕ ਬੰਦਾ ਟਰਾਂਸਪੋਰਟ ਕਰ ਸਕਦੇ ਹੋ ਤੁਸੀਂ ਤਾਂ ਹੀ ਕਰ ਸਕਦੇ ਹੋ ਜੀ ਠੀਕ ਹੈ ਆਦੂਏ ਲਾਇਸੈਂਸ ਤੇ ਤੁਸੀਂ ਇੱਕ ਬੰਦਾ ਬਿਠਾ ਸਕਦੇ ਹੋ ਮੋਟਰਸਾਈਕਲ ਨਾਲ ਸਿਰਫ ਤਾਂ ਬਿਠਾ ਸਕਦੇ ਹੋ ਅਗਰ ਮੋਟਰਸਾਈਕਲ ਦੇ ਪੇਪਰਾਂ ਤੇ ਲਿਖਿਆ ਹੈ ਕਿ ਤੁਸੀਂ ਭਾਈ ਇੱਕ ਬੰਦਾ ਸਾਥ ਲਿਜਾਓ ਤਾਂ ਲਿਜਾ ਸਕਦੇ ਹੋ ਵੈਸੇ ਨਾ ਸਵਾਲ ਨੰਬਰ 5 ਕੇ ਅੰਦਰ ਆ ਜੇ ਜਿਸ ਬੰਦੇ ਨੇ ਤਿਤੁਲਾਰੇ ਦੀ ਪਤੰਨਤੇ ਦੀ ਕੈਟੇਗਰੀਆ ਆਦੂਏ ਲਾਇਸੈਂਸ ਉਸ ਕੋ ਹੋ ਗਏ ਹਨ ਅਲਮੈਨੂ ਦੂਏ ਯਾਨੀ ਜਿਸ ਬੰਦੇ ਨੇ ਆਦੂਏ ਲਾਇਸੈਂਸ ਕੀਤਾ ਹੈ ਔਰ ਉਸ ਕੋ 2 ਸਾਲ ਹੋ ਗਏ ਹਨ 2 ਸਾਲ ਕੇ ਬਾਦ ਉਹ ਕੌਨ ਸੇ ਗੁਇਰੇ ਕਰ ਸਕਤਾ ਹੈ A ਲਾਇਸੈਂਸ ਕਰ ਸਕਤਾ ਹੈ ਜੀ ਅਭਿਲਤਾ ਸ਼ਾਮਿਲ ਹੈ ਗੁਇਦਾ ਚਲਾ ਸਕਤਾ ਹੈ ਤੂਤੀ ਮੋਟਰਸਾਈਕਲ ਸਾਰੇ ਮੋਟਰਸਾਈਕਲ ਅੰਕ ਕੇ ਸਿਆ ਮੈਨੋ ਦੀ ਵੈੰਤੀ 40 ਆਨੀ ਬਿਸ਼ਾ ਕੇ ਦੀ ਉਮਰ 24 ਸਾਲ ਤੋ ਕਾਟੇ ਇੱਕ ਗੱਲ ਬਾਤ ਇਥੇ ਜ਼ਰੂਰ ਯਾਦ ਰੱਖਣੀ ਹੈ A ਜਿਹੜਾ ਲਾਇਸੈਂਸ ਸੇ ਸਭ ਨੋਂ ਵੱਡਾ ਹੈ ਇਹਦੇ ਬਾਅਦ 24 ਸਾਲ ਉਮਰ ਦਾ ਹੋਣਾ ਜ਼ਰੂਰੀ ਹੈ ਜੀ ਪਹਿਲਾ ਟਾਪਿਕ ਖਤਮ ਹੋ ਗਿਆ ਅਗਰ ਤੁਸੀਂ ਆ ਦੂਏ ਲਸਨ 18 ਸਾਲ ਦੀ ਉਮਰ ਚ ਕਰ ਲੈਂਦੇ ਹੋ ਫਿਰ 20 2 ਸਾਲ ਬਾਅਦ 20 ਸਾਲ ਦੀ ਉਮਰ ਚ ਇਹ ਲਸਨ ਕਰ ਸਕਣੀ ਆ ਜੀ ਅਗਰ ਆ ਦੂਏ ਲਾਇਸੈਂਸ ਨਹੀਂ ਕੀਤੀ ਆ ਡਾਇਰੈਕਟ ਇਹ ਕਰਨਾ ਚਾਹੁੰਦੇ ਹੋ ਫਿਰ 24 ਸਾਲ ਉਮਰ ਹੋਣਾ ਜ਼ਰੂਰੀ ਹੈ ਜੀ ਗੱਲਬਾਤ ਫਿਰ ਯਾਦ ਰੱਖ ਲਓ ਆ ਦੂਏ ਲਸਨ ਸਵਾਦੇ 18 ਸਾਲ ਉਮਰ ਹੋਣਾ ਜ਼ਰੂਰੀ ਹੈ 2 ਸਾਲ ਬਾਅਦ ਅਸੀਂ ਇਹ ਲਸਨ ਕਰ ਸਕਨੇ ਆ ਅਗਰ ਆ ਦੂਏ ਲਸਨ ਅਸੀਂ ਨਹੀਂ ਕੀਤਾ ਇਹ ਕਰਨਾ ਚਾਹੁੰਦੇ ਤੇ ਇਹ ਵਤ 24 ਸਾਲ ਉਮਰ ਦਾ ਨਾ ਜ਼ਰੂਰੀ ਹੈ ਜੀ ਇਲ ਟਿਟੁਲਾਰੇ ਦੀ ਪਤੈਂਟੇ ਦੀ ਕੈਟੇਗਰੀਆ ਆ ਦੂਏ ਲਾਇਸੈਂਸ ਅਲ ਮੈਨੋ ਦੂਏ ਯਾਨੀ ਤੁਨ ਨੂੰ ਦੋ ਸਾਲ ਹੋ ਗਏ ਨੇ ਕੀਤੀਆਂ ਪੋ ਕੁੰਸੇਗੂਇਰੇ ਤੁਸੀਂ ਕਰ ਸਕਦੇ ਹੋ ਪਤੈਂਟੇ ਇਹ ਕਰ ਸਕਦੇ ਹੋ ਅਬੀਲਤਾ ਸ਼ਾਮਲੇ ਦੋ ਸਾਲਾਂ ਬਾਅਦ ਗੁਈਦਾ ਚਲਾ ਸਕਦੇ ਹੋ ਤੂਤੀ ਮੋਟੋਸਾਈਕਲੀ ਸਾਰੇ ਮੋਟਰਸਾਈਕਲ ਬਿਸ਼ਾ ਕੁਮਰ 24 ਤੱਕ ਕਾਟੇ ਕੋ ਮਸਲਾਨ ਅਗਰ ਆ ਦੂਏ ਸਾਲ ਦੋ ਸਾਲ ਹੋ ਗਏ ਨੇ ਕੀਤੀਆ ਤੇ ਇਸ ਤੋਂ ਬਾਅਦ ਤੁਸੀਂ ਇਹ ਕਰ ਲੋ ਸਾਰੇ ਮੋਟਰਸਾਈਕਲ ਚਲਾ ਲਓ ਬਿਸ਼ਾ ਕੁਮਰ 24 ਸਾਲ ਤੱਕ ਨੋ ਪ੍ਰੋਬਲਮ माइक ऑफ करने जी सवाल नंबर 3 के अंदर 4 6 के अंदर चलते हैं मां की ना एग्रीकल्चर लेवरो करने नाच ट्रैक्टर ठीक है इ तिलतिल अर्धिपतेनते जिस बंदे लाइसेंस आधुए कीता है वो पोंगोन दौरे चला सकता है मां की ना एग्रीकल्चर ट्रैक्टर वगैरह चला सकता है जी यदि यह लेमर्च आने ने सवाल नंबर सात के अंदर आज ड्राइवर साहब अगर आप पतेनते की कैटेगरी आ2 लाइसेंस करना चाहते हैं तो आपके लिए 20 साल उम्र का जरूरी कितनी उम्र दरकार है जी अठारह साल उम्र दरकार है आप साथ दिया करें इंशाल्लाह कोई मसला नहीं सर ये टाइटल क्या मतलब है इल तो चलारे जिस बंदे ने बंदे को कहते हैं जिस पर्सन ने जिस टाइटल ने ਕੋਨ ਲਾ ਪਟੈਂਟ ਆ ਦੋਏ ਲਸਨਸ ਵਿੱਚ 35 ਵੇਰੋ ਕਰਨਾ ਹੈ ਕਿ 52 ਵਗਲ ਵਾਟ ਵੇਰੋ ਕਰਨਾ ਹੈ ਜੀ 35 ਵੇਰੋ ਕਰਨਾ ਉੱਪਰ ਫੜਾ ਕੇ ਆਏ ਆ ਜੀ